ਇੱਥੇ ਕਾਫੀ ਜਾਮ ਲੱਗਦਾ ਨਾ ਇੱਥੇ ਯਾਰ ਆ ਰੌਣ ਬੋੜ ਜਿਹਾ ਪਏ ਹਾਂ ਕੱਲ ਵੀ ਮੈਂ ਇੱਥੇ ਸ਼ਾਮੀ ਆਇਆ ਸੀ ਤਾਂ ਕਾਫੀ ਗੱਡੀਆਂ ਇੱਥੇ ਖੜ ਜਾਂਦੀਆਂ ਨੇ लो जी अज आप करते हैं दर्शन गुरद्वारा विलन हाल के। इधर ने अपने भाजी जीजा जी ने अपने जसवीर सिंह सिद्धू साहब तो इधर मास्टर जी जा रहे ने। शुभ अंदर रहे हैं मान मोह मद सदर व्यक्ति तर कृपा आपने बनाई हम नानक भय सागर करिया पूरन काल आपे करत बन दैव से पूर रहा जस स्वामी कीमत कह न जाई कह नानक सतगुर बलिहारी जिन अवचल नहीं देखा ज्ञान ध्यान पूर्ण परमेश्वर हर हर गुरु नानक गुरद्वारा विलन हाल जिथे लंगर छकिया आनंद आ गया बहुत ही स्वाद क्योंकि जिथे गुरबाणी है उत्थे हर चीज अमृत ही है अमृत सारिया गड्डियां अपनी पंजाबी आंदियां ने। एक आधा आ रहा है रिवर्सिंग लैंप जी बत्ती आ रही है ये जिदा पिछले जी बैग ਰਸ ਗੇਅਰ ਪਾਈਦਾ ਨਾ ਓਕੇ ਉਹ ਲੈਟ ਨਹੀਂ ਜਾਗਦੀ ਰਿਵਰਸ ਦੀ ਠੀਕ ਲੋ ਜੀ ਯੂਕੇ ਦੇ ਵਿੱਚ ਵੀ ਗੱਡੀ ਟੈਸਟ ਡਰਾਈਵ ਕਰ ਲਈ ਆਪਾਂ ਭਾਜੀ ਕਹਿੰਦੇ ਨੇ ਚਲਾਓ ਤੁਸੀਂ ਇੱਥੇ ਪਰ ਇੱਥੇ ਕਈ ਬੈਨੀਫਿਟ ਹੈ ਕਿ ਆਪਣੇ ਇੰਡੀਆ ਵਾਂਗ ਹੀ ਲੈਫਟ ਹੈਂਡ ਡਰਾਈਵ ਹੈ ਉੱਥੇ ਐਕਸਪੀਰੀਅੰਸ ਨੂੰ ਗਏ ਸੀ ਬਾਰਸੀਲੋਨਾ 10 ਯੂਰੋ ਪਾਏ ਖਤਮ ਮਾੜੇ ਛੱਡ ਗਏ ਜੀ ਆਹ ਜੀ ਪੋਸਟ ਆਫਿਸ ਇੱਧਰ ਛਿੜਕ ਤੇ 40 ਸੇਲ ਲਾਈ ਹੈ ਬਿਜ਼ਨਸ ਕਿਵੇਂ ਕਰਨਾ एक कोरियन तो सीखो सामने देखो ये ना पोस्ट ऑफिस है लाइक बैंक है ना और इन्होंने बैंक के की सिस्टम तुम देख रहे हो स्टोर शॉपिंग स्टोर इधर शॉपिंग स्टोर है एको जगह ते बैंक उत्ते ही शॉपिंग स्टोर इन्हू कहते हैं बिजनेस माइंड ਸਾਰਾ ਏਰੀਆ ਪੰਜਾਬੀ ਇੱਥੇ ਪੰਜਾਬੀ ਏਰੀਆ ਸਾਰਾ ਹਾਂ ਡੈਡਲੀ ਰੋਡ ਨਾ ਇੱਥੇ ਕੋਈ ਇੰਗਲਿਸ਼ ਦੀ ਪ੍ਰੋਬਲਮ ਰੋਡ ਪੰਜਾਬੀ ਜਿਹਨਾਂ ਮਰਜ਼ੀ ਗੱਲ ਕਰ ਲਾ ਬਾਹਰ ਜ਼ਿਆਦਾ ਇੱਥੇ ਰਹਿੰਦੇ ਇਹ ਜਾਂ ਸ਼ੋਹਰੂ ਨਹੀਂ ਪਿਆ ਹਾਂਜੀ ਇਹਦੇ ਡੈਡਲੀ ਰੋਡ ਇੱਥੇ ਬੋਲੋ ਇਜ਼ ਇੰਗਲੈਂਡ ਸੇਫ ਫੋਰ ਯੂਰ ਗਰਲ ਦੈਨ ਆਈ ਵਿਲ ਸੇ ਯੈਸ ਜੇ ਤੁਹਾਡੀ ਕੁੜੀ ਸਹੀ ਹੈ ਤੁਹਾਨੂੰ ਵਿਸ਼ਵਾਸ ਹੈ तो तुसी इन देशों च अपनी कुड़ियों नू कलियां भेज सकते हो बिकॉज ये देशों दे विच मैं पंजाबियों नू खास करके जिन्हों को वॉच किया ना हूँ ये पंजाबी इतों वाले बहुत वधिया क्योंकि जिते मैं रह रहा वा ना उत्थे भी एक घर दे विच कुड़ी रहिंदी ते ओ उस तरीके नाल उस कुड़ी नू रख रहे ने जिस तरह उन्हां दी अपनी धी हुंदी है ना बहुत प्यार नाल रख रहे ने मैं कल देख रहा सी कि ओ कुड़ी नू थोड़ी जी प्रॉब्लम सी बट फैमिली उसके उपर इस तरीके केयर कर रही थी कि जिस तरह उन्होंने अपनी सखी धी होंगी कुछ फैमलियाँ होर भी मैंने इतने मिली ने बहुत ही नाइस नेचर दियाँ ने बहुत ही पंजाबी आओ भगत करने वाले परिवार हैगे ने ते पहला मेरा भी उत्थे थोड़ा जिहा वहम हैगा सी पंजाब दे विच है ना कि कुड़ियाँ कलियाँ उत्थे सेफ नहीं हैगियाँ पर जे कुड़ी सही है अपनी जगह बट इत्थे तां कोई तुहानूं एक सैकेंड तो वध देख भी नहीं सकता ਸਾਡੀਆਂ ਕੁੜੀਆਂ ਉੱਥੇ ਸੇਫ ਨਹੀਂ ਹੈਗੀਆਂ ਜਿੱਥੇ ਤੁਸੀਂ ਰਹਿ ਰਹੇ ਹੋ ਇਸ ਵੀ ਗੱਲ ਦੀ ਗਰੰਟੀ ਹੈ ਘਟੀਆ ਮੈਂਟੈਲਿਟੀ ਸਾਡੇ ਉੱਥੇ ਜ਼ਰੂਰ ਹੈਗੀ ਹੈ
ਪਰ ਇੱਥੇ ਤੁਹਾਨੂੰ ਇੱਕ ਸੈਕਿੰਡ ਤੋਂ ਵੱਧ ਕੋਈ ਦੇਖ ਨਹੀਂ ਸਕਦਾ। ਬਸ ਸ਼ਰਤ ਇਹ ਹੈ ਕਿ ਤੁਸੀਂ ਆਪ ਸਹੀ ਹੋਣੇ ਚਾਹੀਦੇ ਹੋ। ਅਤੇ ਸਟੂਡੈਂਟਸ ਕੋਈ ਵੀ ਆਉਣਾ ਚਾਹੁੰਦਾ ਮੋਸਟ ਵੈਲਕਮ ਹੈ ਨਾ। ਅਤੇ ਇੱਥੋਂ ਦੇ ਪਰਿਵਾਰ ਵੀ, ਤੁਸੀਂ ਆਪਣੇ ਪੰਜਾਬੀ ਆ ਰਹੇ ਹੋ, ਪੰਜਾਬੀ ਪਰਿਵਾਰ ਬਹੁਤ ਨੇ, ਉਹ ਘਰ ਕਿਰਾਏ 'ਤੇ ਦੇ ਦਿੰਦੇ ਨੇ, ਕਮਰਿਆਂ ਦੇ ਵਿੱਚ ਵੀ ਰੱਖ ਲੈਂਦੇ ਨੇ, ਅਤੇ ਉਸੇ ਤਰੀਕੇ ਕਰਦੇ ਨੇ ਜਿਸ ਤਰ੍ਹਾਂ ਤੁਹਾਡੇ ਮਾਂ ਬਾਪ ਕਰਦੇ ਨੇ। ਮੈਨੂੰ ਹੁਣ ਤੱਕ ਦਾ ਐਕਸਪੀਰੀਅੰਸ ਇੱਥੋਂ ਦਾ ਬਹੁਤ ਸੋਹਣਾ ਲੱਗਿਆ। ਸੋ ਮੈਂ ਰਿਕਮੈਂਡ ਕਰਾਂਗਾ ਜੇ ਕੋਈ ਆਪਣੀ ਕੁੜੀ ਨੂੰ ਭੇਜਣਾ ਚਾਹੁੰਦਾ, ਜੇ ਕੋਈ ਕੁੜੀ ਅੱਗੇ ਆਪਣੇ ਫਿਊਚਰ ਦੇ ਵਿੱਚ ਵਧਣਾ ਚਾਹੁੰਦੀ ਹੈ, ਸੋ ਮੋਸਟ ਵੈਲਕਮ। ਕੰਟਰੀ ਸੇਫ ਹੈ, ਬਹੁਤ ਵਧੀਆ, ਪੈਸੇ ਵੱਲੋਂ ਵੀ, ਸਟੱਡੀ ਵੱਲੋਂ ਵੀ, ਸਾਰੇ ਪਾਸੋਂ ਸੇਫ ਹੈ। ਕੁਛ ਨਾ ਕੁਛ ਉਸਦਾ ਬਰਾਈਟ ਫਿਊਚਰ ਇੱਥੇ ਬਣ ਸਕਦਾ। ਸੋ ਥੈਂਕ ਯੂ। ਲਓ ਜੀ, ਗੁੱਡ ਈਵਨਿੰਗ ਹੈ ਆਪਾਂ ਨੂੰ ਬਰਮਿੰਘਮ ਸ਼ਹਿਰ ਤੋਂ, ਅਤੇ ਤੁਹਾਨੂੰ ਮੈਂ ਮਿਲਾਨਾ ਆਪਣਾ, ਪਤਨੀ ਕਿੰਨੇ ਸਾਲ ਬਾਅਦ ਮਿਲ ਰਹੇ ਹੋਵਾਂਗੇ ਨਾ, ਯਾਦ ਹੀ ਨਹੀਂ ਹੈਗਾ, 20 ਸਾਲ ਬਾਅਦ ਮਿਲ ਰਹੇ ਹੋਵਾਂਗੇ। ਅਤੇ ਇੱਧਰ ਨੇ ਸਾਡੇ ਭਾਅ ਜੀ ਪਿੰਦਾ ਸੰਧੂ ਜੀ, ਹਾਂਜੀ। ਅਤੇ ਬੜਾ ਮਜ਼ਾ ਆਇਆ ਕਿ ਜਦੋਂ ਮੈਂ, ਪਤਾ ਨਹੀਂ ਸੀ ਨਾ ਕਿਉਂਕਿ ਮੈਂ ਕਿਸੇ ਨੂੰ ਵੀ ਨਹੀਂ ਦੱਸਿਆ ਕਿ ਕਿੱਧਰ ਕਿੱਧਰ ਜਾ ਰਿਹਾ ਵਾਂ, ਅਤੇ ਜਦੋਂ ਮੈਂ ਇੱਕ ਸਟੇਟਸ ਹੀ ਪਾਇਆ ਸੀ ਫੇਸਬੁੱਕ 'ਤੇ, ਸਭ ਤੋਂ ਪਹਿਲਾਂ ਇਹਨਾਂ ਭਾਅ ਜੀ ਦੀ ਕੌਲ ਆ ਗਈ ਹੈ ਮੈਸੈਂਜਰ 'ਤੇ ਕਿ ਬਸ ਕਿੱਥੇ ਆ ਗਿਆ ਬਸ ਲੈਣ, ਹੈ ਨਾ। ਅਤੇ ਜਦੋਂ ਉੱਥੇ ਨਾ ਬਗਾਨੇ ਦੇਸ਼ਾਂ ਦੇ 'ਚ ਆ ਕੇ ਜਦੋਂ ਆਪਣਾ ਕੋਈ ਮਿਲਦਾ ਅਤੇ ਦਿਲ ਬਾਗੋ ਬਾਗ ਹੋ ਜਾਂਦਾ। ਬਾਕੀ ਹੁਣ ਘੁੰਮਦੇ ਹਾਂ ਆਪਾਂ ਪਿੰਦਾ ਸੰਧੂ ਜੀ ਦੇ ਨਾਲ, ਅਤੇ ਮਿਲਾਉਂਦੇ ਹਾਂ ਇਹਨਾਂ ਨੂੰ, ਤੁਹਾਨੂੰ ਚੰਗੀ ਤਰ੍ਹਾਂ ਰੂਬਰੂ ਕਰਵਾਉਂਦੇ ਹਾਂ। ਮੈਂ ਇਸ ਟਾਈਮ ਨਾਲ ਆਇਆ ਹੋਇਆ ਬਰਮਿੰਘਮ ਸੰਧੂ ਸਾਹਿਬ ਦੇ ਘਰ, ਅਤੇ ਇਹ ਸੰਧੂ ਸਾਹਿਬ ਦਾ ਭਤੀਜਾ ਜੀ ਨੇ, ਅਤੇ ਇੱਧਰ ਖਾਤਰਦਾਰੀ ਦੇਖ ਲਓ, ਕਿਉਂਕਿ ਅੱਜ ਜਿੱਥੇ ਵੀ ਪੰਜਾਬੀ ਦੇ ਘਰ ਚਲੇ ਜਾ ਨਾ, ਆਹ ਚੀਜ਼ਾਂ ਤਾਂ ਮਿਲਣੀਆਂ ਮਿਲਣੀਆਂ ਨੇ। ਥੈਂਕ ਯੂ ਸੰਧੂ ਸਾਹਿਬ। ਅਤੇ ਪਰ ਬੜੀ ਖੁਸ਼ੀ ਹੋਈ ਹੈ, ਇਹਨਾਂ ਨੇ ਆ ਕੇ ਅਤੇ ਝੰਡੇ ਕੱਢੇ ਹੋਏ ਨੇ, ਆਪਣੇ ਘਰ ਲਏ ਹੋਏ ਨੇ, ਅਤੇ ਬੜਾ ਮਾਣ ਮਹਿਸੂਸ ਹੁੰਦਾ ਜਦੋਂ ਵੀਰ ਇੰਨੀ ਦੂਰ ਆ ਕੇ ਮਿਹਨਤ ਕਰਕੇ ਅਤੇ ਆਪਣੇ ਪੈਰਾਂ 'ਤੇ ਸਟੈਂਡ ਹੁੰਦੇ ਨੇ। ਸਾਢੇ 700 ਚੋਂ 50 ਆਉਣੇ ਨੇ, ਤਾਂ 50 ਚੋਂ 43 ਸਹੀ ਹੋਣੇ ਚਾਹੀਦੇ ਨੇ। ਨਹੀਂ ਨਹੀਂ, 50 ਦੇ ਵਿੱਚ 43 ਹੋਣੇ ਚਾਹੀਦੇ। ਓਕੇ, ਫਿਰ ਉਸ ਤੋਂ ਬਾਅਦ ਥਿਊਰੀ ਪਾਸ ਕਰ ਲਈ ਹੈ। ਹਾਂਜੀ, ਉਸ ਤੋਂ ਬਾਅਦ ਫਿਰ ਤੁਹਾਡਾ ਪ੍ਰੈਕਟੀਕਲ ਹੈ। ਤਾਂ ਬੰਦਾ ਮਾਰ ਕਿੱਦਾਂ ਖਾਊ? ਪ੍ਰੈਕਟੀਕਲ ਵੀ ਤੁਹਾਡੇ ਫਿਰ ਟੈਸਟ ਲੈਂਦੇ ਆ, ਉਹ ਤੁਹਾਡਾ ਫਿਕਰ 45 ਮਿੰਟ 40 ਮਿੰਟ। ਹੁਣ ਵਾਪਸ ਆਏ ਹਾਂ, ਰਾਤ ਦੇ ਵੱਜ ਗਏ ਨੇ 12, ਪਿੰਦਾ ਭਾਅ ਜੀ ਛੱਡ ਕੇ ਗਏ ਨੇ ਇੱਥੇ ਘਰੇ, ਅਤੇ ਖਾਣਾ ਪੀਣਾ ਹੋ ਗਿਆ, ਬਹੁਤ ਜ਼ਿਆਦਾ ਸਵਾਦ ਬਹੁਤ ਜ਼ਿਆਦਾ ਸੀ, ਅਤੇ ਰੱਜ ਕੇ ਖਾ ਲਿਆ, ਇਸ ਕਰਕੇ ਹੁਣ ਆਪਾਂ ਕਰਦੇ ਹਾਂ 10-15 ਮਿੰਟ ਵਾਕ, ਜਿਸ ਦੇ ਨਾਲ ਮਾੜਾ ਮੋਟਾ ਡਾਈਜੈਸਟ ਹੋ ਜਾਵੇ, ਹੈ ਨਾ। ਅਤੇ ਬੜਾ ਪਿਆਰ ਮਿਲਿਆ ਪਿੰਦਾ ਭਾਅ ਜੀ ਦੀ ਫੈਮਿਲੀ ਤੋਂ, ਅਤੇ ਬਹੁਤ ਹੀ ਨਾਈਸ ਫੈਮਿਲੀ ਹੈ। ਬੜਾ ਮਜ਼ਾ ਆਇਆ, ਕਈ ਸਾਲਾਂ ਬਾਅਦ ਮਿਲਿਆ ਭਾਅ ਜੀ ਨੂੰ, ਅਤੇ ਬਸ ਹੁਣ ਫਿਰ ਇਸੀ ਨਾ, ਮੈਂ ਥੋੜ੍ਹੇ ਦਿਨਾਂ ਵਾਸਤੇ ਇੱਥੇ ਹਾਂ, ਇਸ ਕਰਕੇ ਇੱਥੋਂ ਦੇ ਸਿਕਿਉਰਿਟੀ ਸਿਸਟਮ ਦੇਖ ਲਓ। ਆਹ ਸਾਹਮਣੇ ਘਰ ਨੇ ਨਾ, ਘਰ ਇੱਥੋਂ ਘੱਟੋ ਘੱਟ ਵੀ 25-30 ਫੁੱਟ ਦੂਰ ਹੋਣਾ, ਅਤੇ ਜਦੋਂ ਮੈਂ ਸੜਕ ਦੇ ਕੋਲੋਂ ਲੰਘਾਂਗਾ ਨਾ, ਇੱਥੇ ਵੇਖਿਆ ਜੀ ਸਿਕਿਉਰਿਟੀ ਸਿਸਟਮ ਦੇ ਨਾਲ ਲਾਈਟ ਜਗ ਜਾਏਗੀ। ਆਹ ਦੇਖੋ ਜਗ ਗਈ ਨਾ, ਆਹ ਹੁੰਦੇ ਨੇ ਸਿਕਿਉਰਿਟੀ ਸਿਸਟਮ। ਮੈਂ ਇੱਥੋਂ ਘੱਟੋ ਘੱਟ ਵੀ 20-25 ਫੁੱਟ 30 ਫੁੱਟ ਘੱਟੋ ਤੋਂ ਘੱਟ ਦੂਰ ਹਾਂ ਇਸ ਘਰ ਤੋਂ, ਅਤੇ ਜੇ ਮੈਂ ਇੱਥੋਂ ਲੰਘਦਾ ਵਾਂ ਤਾਂ ਇਸ ਤਰੀਕੇ ਨਾਲ ਲਾਈਟ ਜਗ ਜਾਂਦੀ। ਹੁਣ ਮੈਂ ਇੱਧਰ ਆ ਗਿਆ ਨਾ, ਹੁਣ ਲਾਈਟ ਬੰਦ ਹੋ ਜਾਏਗੀ, ਉਹ ਦੇਖੋ ਬੰਦ ਹੋ ਗਈ। ਆਹ ਹੁੰਦੇ ਨੇ ਸਿਕਿਉਰਿਟੀ ਸਿਸਟਮ ਇੱਥੇ। ਚਲੋ ਫਿਰ ਮਿਲਦੇ ਹਾਂ ਸਵੇਰੇ ਆਪਾਂ, ਹੈ ਨਾ। ਅੱਜ ਲਈ ਬਸ ਇੰਨਾ ਹੀ।